ਤੋਂ ਬਾਅਦ ਦੋ ਦਿਨ ਹੈਗੇ ਸਕੂਲ ਖੁੱਲ੍ਹੇ ਨੂੰ, ਕੁਛ ਕੁ ਹਾਜ਼ਰੀ ਵੀ ਬੱਚਿਆਂ ਦੀ ਘੱਟ ਆ ਕਿਉਂਕਿ ਥੋੜ੍ਹੀ ਗਰਮੀ ਕਰਕੇ ਵੀ ਹੈਗਾ, ਅਤੇ ਆਲਰੇਡੀ ਸਾਡੀ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਬੱਚਿਆਂ ਦਾ ਰੁਝਾਨ ਮੋਬਾਈਲਾਂ 'ਚ ਹੋਰ ਆਸੇ ਪਾਸੇ ਨੈੱਟ ਦੇ ਵਿੱਚ ਅਤੇ ਪੜ੍ਹਾਈ ਦੇ ਵਿੱਚ ਤਾਂ ਬਹੁਤ ਜ਼ਿਆਦਾ ਗਿਰਾਵਟ ਆ ਰਹੀ। ਸਰਕਾਰ ਇਸ ਨਤੀਜੇ ਭਾਲਦੀ ਹੈ। ਮੇਰਾ ਨਾਮ ਕੁਲਵੰਤ ਸਿੰਘ ਕਲਸੀ ਹੈ ਜੀ। ਮੈਂ ਪ੍ਰਿੰਸੀਪਲ ਐਜ ਏ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੰਮ ਕਰ ਰਿਹਾ ਹਾਂ। ਕਲਸੀ ਸਾਹਿਬ, ਕੁਛ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਛੁੱਟੀਆਂ ਤੋਂ ਬਾਅਦ ਦੇ ਦਿੱਤੇ ਹੈਗੇ ਆ ਵੀ ਬੱਚਿਆਂ ਦੇ ਉੱਤੇ ਜਿਹੜਾ ਹੈਗਾ ਹੁਣ ਡੰਡਾ ਨਹੀਂ ਵਰਤਿਆ ਜਾਣਾ ਹੈਗਾ, ਅਤੇ ਕਿੱਦਾਂ ਲੱਗ ਰਿਹਾ ਹੈਗਾ ਸਰ? ਅਸੀਂ ਸਾਡਾ ਜਿਹੜਾ ਸਕੂਲ ਏਡਡ ਸਕੂਲ ਹੈ, ਅਸੀਂ ਗੌਰਮੈਂਟ ਪੰਜਾਬ ਗੌਰਮੈਂਟ ਅਤੇ ਐਸ ਜੀ ਪੀ ਸੀ ਦੀਆਂ ਇੰਸਟਰਕਸ਼ਨਾਂ ਦੇ ਬਾਰ ਬਾਰ ਇਹੋ ਜੋ ਇੰਸਟਰਕਸ਼ਨਾਂ ਆਉਂਦੀਆਂ ਅਸੀਂ ਉਹਨੂੰ ਫੋਲੋ ਕਰਦੇ ਹਾਂ ਔਰ ਅਸੀਂ ਉਹਨਾਂ ਦੇ ਹੁਕਮਾਂ ਮੁਤਾਬਕ ਹੀ ਚੱਲ ਰਹੇ ਹਾਂ। ਪਿੱਛੇ ਜੇ ਕਹਿੰਦੇ ਪੰਜਾਬ ਸਰਕਾਰ ਵੱਲੋਂ ਚਿੱਠੀ ਆਈ ਹੈ ਵੀ ਕੋਈ ਬੱਚਿਆਂ ਨੂੰ ਕੋਈ ਫਿਜੀਕਲੀ ਪਨਿਸ਼ਮੈਂਟ ਨਹੀਂ ਦੇਣੀ, ਅਸੀਂ ਤਾਂ ਪਹਿਲਾਂ ਹੀ ਔਲਰੇਡੀ ਇਸ ਚੀਜ਼ ਨੂੰ ਪਾਲਣਾ ਕਰ ਹੀ ਜਾ ਰਹੇ ਹਾਂ। ਅੱਜ ਛੁੱਟੀਆਂ ਤੋਂ ਬਾਅਦ ਦੋ ਦਿਨ ਹੈਗੇ ਸਕੂਲ ਖੁੱਲ੍ਹੇ ਨੂੰ, ਕੁਛ ਕੁ ਹਾਜ਼ਰੀ ਵੀ ਬੱਚਿਆਂ ਦੀ ਘੱਟ ਆ ਕਿਉਂਕਿ ਥੋੜ੍ਹੀ ਗਰਮੀ ਕਰਕੇ ਵੀ ਹੈਗਾ, ਅਤੇ ਔਲਰੇਡੀ ਸਾਡੀ ਤਾਂ ਪਨਿਸ਼ਮੈਂਟ ਇਹ ਕਿ ਅਸੀਂ ਫਿਜੀਕਲੀ ਪਨਿਸ਼ਮੈਂਟ ਵਾਲੇ ਪਾਸੇ ਜਾਂਦੇ ਹੀ ਨਹੀਂ ਗੇ। ਅਸੀਂ ਬੱਚਿਆਂ ਨੂੰ ਪਿਆਰ ਨਾਲ ਔਰ ਬੜੇ ਹੀ ਸਮਝਾ ਕੇ ਉਹਨੂੰ ਤਰੀਕੇ ਨਾਲ ਪੜ੍ਹਾਉਂਦੇ ਹਾਂ ਔਰ ਕਈ ਵਾਰੀ ਬੱਚਾ ਬਹੁਤ ਹੀ ਜ਼ਿਆਦਾ ਇੰਨਾ ਕਮਜ਼ੋਰ ਹੁੰਦਾ ਕਿ ਮਾੜੀ ਮੋਟੀ ਦਾ ਥੋੜ੍ਹੀ ਮੋਟੀ ਸਖਤੀ ਕਰਨੀ ਪੈਂਦੀ, ਪਰ ਫਿਜੀਕਲੀ ਨਹੀਂ ਕਰਦੇ ਅਸੀਂ ਫਿਰ ਵੀ। ਇਸੇ ਗੱਲ ਦੇ ਵਿੱਚ ਜਿਹੜੇ ਪੇਰੈਂਟਸ ਮੀਟਿੰਗ ਹੁੰਦੀ ਆ ਕਈ ਵਾਰੀ ਨਲੈ ਕਿਸੇ ਬੱਚੇ ਨੂੰ ਅਸੀਂ ਮਾੜਾ ਕੋਈ ਫਿਜੀਕਲੀ ਤਾਂ ਕੀ ਅਸੀਂ ਮਾੜਾ ਮੋਟਾ ਸਜ਼ਾ ਦੇ ਦਈਏ ਅਤੇ ਉਹ ਬੱਚੇ ਸਾਡੇ ਕੋਲ ਆ ਜਾਂਦੇ, ਪੇਰੈਂਟਸ ਵੀ ਸਾਡੇ ਬੱਚੇ ਨੂੰ ਤਾਂ ਐਂ ਕਿਉਂ ਕਿਹਾ? ਕਮਜ਼ੋਰ ਬੱਚੇ ਨੂੰ ਪੜ੍ਹਾਉਣਾ ਬਹੁਤ ਔਖਾ ਜੀ। ਅੱਜ ਕੱਲ੍ਹ ਤੁਸੀਂ ਦੇਖਿਆ ਵੀ ਬੱਚਿਆਂ ਦਾ ਰੁਝਾਨ ਮੋਬਾਈਲਾਂ 'ਚ ਹੋਰ ਆਸੇ ਪਾਸੇ ਨੈੱਟ ਦੇ ਵਿੱਚ ਅਤੇ ਪੜ੍ਹਾਈ ਦੇ ਵਿੱਚ ਤਾਂ ਬਹੁਤ ਜ਼ਿਆਦਾ ਗਿਰਾਵਟ ਆ ਰਹੀ। ਸਰਕਾਰ ਇਸ ਨਤੀਜੇ ਭਾਲਦੀ ਹੈ ਵੀ ਸਾਡੇ ਨਤੀਜੇ 100% ਆਉਣੇ ਚਾਹੀਦੇ ਆ, ਉਸ ਦੇ ਲਈ ਤਾਂ ਕੁਛ ਤਾਂ ਕੁਛ ਤਾਂ ਫਿਰ ਅਸੀਂ ਆਪਣੇ ਢੰਗ ਤਰੀਕੇ ਵਰਤਦੇ ਹਾਂ। ਪੇਰੈਂਟਸ ਨੂੰ ਮੈਂ ਇਹੀ ਮੈਸੇਜ ਦੂੰਗਾ ਵੀ ਜਿਹੜਾ ਟੀਚਰ ਆ ਉਹ ਇੱਕ ਰੱਬ ਆ ਸਟੂਡੈਂਟ ਲਈ, ਨਾ ਕਿ ਉਹ ਕਿਸੇ ਉਹਦੇ ਕੋਈ ਇੰਟੈਂਸ਼ਨਲੀ ਉਹਨੂੰ ਕੋਈ ਪਨਿਸ਼ਮੈਂਟ ਨਹੀਂ ਦਿੰਦਾ, ਕੋਈ ਉਹਨੂੰ ਜਾਣ ਬੁੱਝ ਕੇ ਨਹੀਂ ਕੋਈ ਫਿਜੀਕਲੀ ਪਨਿਸ਼ਮੈਂਟ ਦਿੰਦਾ। ਜਦੋਂ ਕਿ ਜਦਕਿ ਕਈ ਵਾਰੀ ਬੱਚੇ ਦਾ ਇੰਨੇ ਜ਼ਿਆਦਾ ਇਨਡਿਸਿਪਲਿਨ ਕਰਨ ਲੱਗ ਜਾਂਦੇ ਕੁਛ ਨਾ ਕੁਛ ਤਾਂ ਸਰਵਰਬਲੀ ਕਹਿਣਾ ਕਿ ਪੈਂਦਾ ਵਾ। ਮੈਂ ਪੇਰੈਂਟਸ ਨੂੰ ਇਹੀ ਕਹੂੰਗਾ ਕਿ ਉਹ ਸਾਡੇ ਨਾਲ ਕੋਆਪਰੇਟਨ ਕਰਨ, ਸਾਡੇ ਨਾਲ ਕੋਆਪਰੇਟ ਕਰਨ, ਸਾਡੇ ਨਾਲ ਟਾਈਮ ਟੂ ਟਾਈਮ ਆ ਕੇ ਸਾਨੂੰ ਮਿਲਣ, ਮਿਲ ਕੇ ਸਾਡੇ ਨਾਲ ਡਿਸਕਸ ਕਰਨ ਅਤੇ ਕੀ ਬੱਚੇ ਦੀ ਆਹ ਪ੍ਰੋਬਲਮ ਆ, ਅਸੀਂ ਉਸ ਪ੍ਰੋਬਲਮ ਨੂੰ ਸਮਝਾਂਗੇ ਔਰ ਸਾਡੇ ਨਾਲ ਕੋਆਪਰੇਸ਼ਨ ਜ਼ਰੂਰ ਕਰਨ।